ਪੰਜਾਬ 'ਚੋਂ ਜਿਹੜਾ ਮਟੀਰੀਅਲ ਹੈ ਕਿਹੜਾ ਕਿਹੜਾ ਵਰਤਿਆ ਜਾਂਦਾ ਸੀ ਅਤੇ ਕਿੱਥੇ ਕਿੱਥੇ ਬਣਦਾ ਸੀ ਉਹ ਅਤੇ ਉਹ ਪਹਿਲਾਂ ਕਿਵੇਂ ਸੀ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਉਹਦੇ ਅੰਦਰ ਕੀ ਬਦਲਾਅ ਆਏ? ਸੋ ਪਹਿਲਾਂ ਤਾਂ ਪੰਜਾਬ ਵਿੱਚ ਜਾਂ ਮੈਨੂੰ ਲੱਗਦਾ ਹੈ ਹਰ ਇੱਕ ਥਰੂ ਆਊਟ ਇੰਡੀਆ, ਪਰ ਜ਼ਿਆਦਾ ਮੈਂ ਇੰਡੀਆ ਦੀ ਸਟੱਡੀ ਨਹੀਂ ਕੀਤੀ, ਪਰ ਪੰਜਾਬ ਬਾਰੇ ਮੈਂ ਕਹਿ ਸਕਦੀ ਹਾਂ। ਪਹਿਲਾਂ ਤਾਂ ਪੰਜਾਬ ਦੇ ਵਿੱਚ ਕੱਪੜਾ ਇਹਨੇ ਬ੍ਰਿਟਿਸ਼ਰਸ ਆਉਣ ਤੋਂ ਪਹਿਲਾਂ ਇਹ ਹੈਂਡ ਸਪਨ ਔਰ ਹੈਂਡ ਵੋਵਨ ਹੁੰਦਾ ਸੀਗਾ, ਜਿਹਦੇ ਵਿੱਚ ਹਰ ਇੱਕ ਬੰਦਾ ਆਪਣੇ ਲਈ ਆਪ ਕੱਪੜਾ ਬਣਾਉਂਦਾ ਸੀਗਾ, ਆਪ ਸਪਿਨਿੰਗ ਕਰਦਾ ਸੀ, ਆਪ ਵੀਵਿੰਗ ਕਰਦਾ ਸੀ। ਆਪ ਮਤਲਬ ਕਈ ਵਾਰੀ ਵਿਲੇਜਸ ਵਿੱਚ ਇੱਕ ਸੈਟਅਪ ਹੁੰਦੀ ਸੀ ਜਿਹਦੇ ਵਿੱਚ ਮੋਸਟ ਆਫ ਦਾ ਪੰਜਾਬ ਇਜ਼ ਉਹ ਕੋਟਨ ਗਰੋ ਕਰਦਾ ਹੈ, ਕੋਟਨ ਗਰੋਇੰਗ ਹੈਗਾ ਆ। ਔਰ ਕੋਟਨ ਗਰੋਇੰਗ ਵਿੱਚ ਇਹ ਵੀ ਆ ਕਿ ਉਹ ਕੱਪੜਾ ਆਪ ਕਬਾਹ ਚੁੱਕ ਕੇ ਲੇਡੀਜ਼ ਉਹਨਾਂ ਨੂੰ ਸੈਪਰੇਟ ਕਰਕੇ ਔਰ ਉਹਦੀਆਂ ਪੂਣੀਆਂ ਬਣਾ ਕੇ ਉਹ ਚਰਖੇ 'ਤੇ ਕੱਤੀਆਂ ਸੀ। ਜਦੋਂ ਉਹ ਯਾਨ ਮਤਲਬ ਧਾਗਾ ਬਣ ਜਾਂਦਾ ਸੀ, ਫਿਰ ਕਈ ਵਾਰੀ ਉਹ ਜੁਲਾਹੇ ਨੂੰ, ਜਿਹੜਾ ਐਵਰੀ ਵਿਲੇਜ ਜਾਂ ਐਵਰੀ ਸੈਕਿੰਡ ਵਿਲੇਜ ਪਹਿਲਾਂ ਜੁਲਾਹਾ ਹੁੰਦਾ ਸੀਗਾ ਵੀਵ ਕਰਨ ਲਈ, ਤਾਂ ਕੁਛ ਲੋਕ ਆਪ ਵੀ ਵੀਵ ਕਰ ਲੈਂਦੇ ਸੀਗੇ, ਪਰ ਜਨਰਲੀ ਜੁਲਾਹਾ ਵੀਵ ਕਰਦਾ ਸੀ। ਪਰ ਫਿਰ ਉਸ ਤੋਂ ਬਾਅਦ ਕੱਟ ਕੇ ਉਹ ਆਪਣੇ ਕੱਪੜੇ ਬਣਾਉਂਦੇ ਸੀਗੇ। ਪਰ ਇੱਕ ਗੱਲ ਇਹ ਹੈ ਕਿ ਫਿਊ ਥਿੰਗਸ ਟੂ ਮੈਨਸ਼ਨ ਕਿ ਜਿਹੜੇ ਰਾਈਟਰਸ ਹੈ ਇਨ 1870, ਇੱਕ ਬੇਦਨ ਪਾਵਲ ਬੜਾ ਮਸ਼ਹੂਰ, ਉਹਨੇ ਕਿਤਾਬ ਲਿਖੀ ਹੈ ਔਨ ਮੈਨੂਫੈਕਚਰ ਆਫ ਪੰਜਾਬ, ਜਿਹਦੇ ਵਿੱਚ ਉਹਨੇ ਇਹ ਲਿਖਿਆ ਕਿ ਪੰਜਾਬ ਵਿੱਚ ਪ੍ਰੈਫਰੈਂਸ ਇਹ ਸੀਗੀ ਵੂਲਨ ਕੱਪੜਾ ਨਹੀਂ ਸੀ ਪਾਉਂਦੇ, ਉਹਨਾਂ ਦਾ ਇਹ ਸੀਗਾ ਲੇਅਰਸ ਆਫ ਕੋਟਨ ਪਾਉਂਦੇ ਸੀਗੇ। ਕਿ ਜਿਵੇਂ ਹੁਣ ਆਪਾਂ ਦੇਖਾਂਗੇ, ਜੇ ਆਪਾਂ ਪੁਰਾਣੇ ਵੀ ਨਾਨੀ ਦਾਦੀ ਜਾਂ ਦਾਦਾ ਦਾਦੀ ਉਹ ਮਤਲਬ ਇੱਕ ਉਹਨਾਂ ਦਾ ਥਿੱਕ ਕੱਪੜਾ ਹੁੰਦਾ ਸੀ, ਨੀਚੇ ਵੈਸਟ ਹੁੰਦੀ ਸੀ, ਉੱਪਰ ਕੋਟਨ ਦੀ ਵਾਸਕਿਟ ਹੁੰਦੀ ਸੀਗੀ, ਉੱਤੇ ਖੇਸੀ ਹੁੰਦੇ ਸੀ, ਚਾਦਰ ਸੀ। ਸੋ ਲੇਅਰਸ ਪਾਉਂਦੇ ਸੀ ਜਿਹਦੇ ਨਾਲ ਉਹ ਨਿੱਘੇ ਰਹਿੰਦੇ ਸੀਗੇ। ਪਰ ਬ੍ਰਿਟਿਸ਼ਰਸ ਆਉਣ ਨਾਲ ਇੱਕ ਤਾਂ ਵੂਲ ਇੰਟਰੋਡਿਊਸ ਹੋਈ, ਨਿਟਿੰਗ ਇੰਟਰੋਡਿਊਸ ਹੋਈ ਔਰ ਕੁਛ ਹੱਦ ਤਾਈਂ ਵਾਰਮ ਕੱਪੜਾ ਬਾਹਰੋਂ ਆਇਆ ਨਾ। ਇਹ ਦੋ ਤਿੰਨ ਚੀਜ਼ਾਂ ਹੈਗੀਆਂ ਇਹਦੇ ਵਿੱਚ। ਇੱਕ ਤਾਂ ਬ੍ਰਿਟਿਸ਼ਰਸ ਕਿਉਂ ਲਿਆਏ ਕੱਪੜਾ ਬਾਹਰੋਂ, ਇੱਕ ਗੱਲ ਇਹ ਵੀ ਹੈ ਉਹਦੇ ਵਿੱਚ ਇੱਕ ਰਾਈਟਰ ਹੈਗੇ ਜੇ ਫੋਰਬਸ ਵਾਟਸਨ, ਜਿਹੜੇ ਇਨ 1866 ਉਹਨਾਂ ਨੇ ਇੱਕ ਸਟੱਡੀ ਕੀਤੀ ਸੀਗੀ, ਕਿਉਂਕਿ ਬ੍ਰਿਟੇਨ ਵਾਂਟਡ ਕਿ ਉਹ, ਕਿਉਂਕਿ ਉਸ ਟਾਈਮ ਤਾਈਂ 19th ਸੈਂਚਰੀ ਤਾਈਂ ਇੰਡਸਟਰੀਅਲ ਰੈਵੋਲਿਊਸ਼ਨ ਹੋ ਗਈ ਸੀ ਯੂਰਪ ਵਿੱਚ ਐਂਡ ਇੰਗਲੈਂਡ ਵਿੱਚ। ਉਹ ਚਾਹੁੰਦੇ ਸੀਗੇ ਕਿ ਕਿਉਂਕਿ ਕੱਪੜਾ ਇੰਨਾ ਜ਼ਿਆਦਾ ਬਣਦਾ ਸੀਗਾ ਔਰ ਉਹ ਚਾਹੁੰਦੇ ਸੀ ਇਨਕਰੀਜ਼ ਕਰਨ ਤਾਂ ਕਿ ਉਹਨਾਂ ਦੀਆਂ ਮਿਲਸ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਲੈਣ। ਉਹ ਚਾਹੁੰਦੇ ਸੀ, ਦੇ ਵਰ ਲੁਕਿੰਗ ਐਟ ਇੰਡੀਆ ਐਜ਼ ਅ ਕਸਟਮਰ, ਕਿਉਂਕਿ ਉਹ ਚਾਹੁੰਦੇ ਸੀ ਕਿ ਇੰਡੀਆ ਵਿੱਚ ਲੋਕ ਪਹਿਨਣ ਕੱਪੜਾ। ਤਾਂ ਉਹਨਾਂ ਨੇ ਇੱਕ ਸਟੱਡੀ ਕੀਤੀ ਜਿਹਦੇ ਵਿੱਚ ਵਾਟਸਨ ਨੇ ਇਹ ਸਟੱਡੀ ਵਾਜ ਨੋਟ ਸਪੈਸੀਫਿਕ ਟੂ ਪੰਜਾਬ ਪਰ ਆਲ ਓਵਰ ਇੰਡੀਆ, ਜਿਹਦੇ ਵਿੱਚ ਉਹਨੇ ਫਰਕ ਸੈਂਪਲ ਮਤਲਬ 1200 ਸੈਂਪਲਸ ਉਹਨੇ ਕਲੈਕਟ ਕੀਤੇ ਆਲ ਓਵਰ ਇੰਡੀਆ। ਔਰ ਉਹਦੇ ਪਿੱਛੇ ਇਹ ਥੋਟ ਸੀਗਾ ਕਿ ਜੇ ਤੁਸੀਂ ਐਸ ਕਸਟਮਰ ਚਾਹੁੰਦੇ ਆ ਇੰਡੀਆ ਨੂੰ ਤਾਂ ਉਹ ਚੀਜ਼ ਮੈਨੂਫੈਕਚਰ ਕਰੋ ਜਿਹੜੀ ਉਹ ਪਾਉਂਦੇ ਆ। ਸੋ ਉਸ ਲਿਹਾਜ਼ ਨਾਲ ਵੀ ਉਹਨਾਂ ਨੇ ਇਹ ਸੈਂਪਲਸ ਲਏ ਔਰ ਵੋਲਿਊਮਸ ਬਣਾਈਆਂ। ਉਹ ਇੱਕ ਮਤਲਬ ਕੁਛ ਵੋਲਿਊਮਸ ਉਹਨਾਂ ਨੇ ਇੰਗਲੈਂਡ ਭੇਜਿਆ ਔਰ ਕੁਛ ਇੱਥੇ ਭੇਜਿਆ ਫੋਰ ਰੈਫਰੈਂਸ। ਸੋ ਕਮਿੰਗ ਬੈਕ ਟੂ ਜਿਹੜਾ ਬ੍ਰਿਟਿਸ਼ ਕੱਪੜਾ ਇੱਥੇ ਆਉਂਦਾ ਸੀਗਾ, ਤਾਂ ਬ੍ਰਿਟਿਸ਼ਰਸ ਨੇ ਜਿਹੜੇ ਕੱਪੜੇ
मतलब इंडियन जिहड़ियां कॉटन सी उत्तों हट के कपड़ा आउण लग गया, जिवें नॉट ओनली फ्रॉम इंग्लैंड पर उहदे विच जापान रशिया उत्तों भी आउंदा सी। एक तां वेलवेट सी, वेलवेट फिर बहुत तुसी समझोगे बहुत फैंसी फैंसी नाम आम टर्मिनोलॉजी विच, कोई नानी दादी उन्हां नूं सब यह वर्ड्स याद होंगे, जिवें लेडी मिंटन, शंघाई, दो घोड़े दी बोसकी, आपका नशा, दिल की प्यास, ये सारे लोगों ने पैराशूट क्लॉथ एक कपड़ियां दे नाम सी जिहड़े एज अ स्टे रेफरेंस टू कि किस टाइप दे कपड़े सी। सो ओहो सिल्की मतलब कह लो सिल्क टाइप ऑफ उहदे विच वेस्टर्न जिहड़े कपड़े सी ओह आंदे सीगे। सो हौली हौली चेंजेस दे नाल लोगों का टेस्ट बदलिया गया और ओहो ओ लोग ओ कपड़े पाउणा शुरू हो गए। पर हौली हौली ये भी आ कि जिहड़ा तुसी पुछिया कि इंडियन मैनुफैक्चर, और इत्थे भी उस तरह दे कुछ कपड़े बनन लग गए, जिवें लुधियाना है, लुधियाना बहुत फेमस रहा है, उत्थे चेक कपड़े बहुत बनते सी एंड इट केम टू बी नोन एज लुधियाना क्लॉथ। फिर अमृतसर भी सीगे और होजरी जिहड़ी है ये बाद विच होजरी मटीरियल भी इन अर्ली 20th सेंचुरी लुधियाना आया, लुधियाना बिकेम अ बिग सेंटर। अमृतसर बहुत वड्डा ट्रेडिंग सेंटर सी जिहदे ते कपड़े आउंदे सीगे। बल्कि एक गल होर है मैं डिस्कवर कीती कि जापान विच अमृतसर ट्रेडर्स दा जापान दे विच भी शॉप ओह सीगियां, शॉप्स कह लो या ऑफिसेस, जिहदे च उन्हां नूं डायरेक्ट करदे सी किस तरह दे कपड़े इत्थे चाहिए और किस तरह के कपड़े इत्थे भेजन। सो हौली हौली लोगों का टेस्ट बदलता गया। जिहड़ी नील कॉल्ट की किताब है द बुचर ऑफ अमृतसर जनरल डायर बारे, उहदे अंदर वो ये भी जिक्र करता है कि जदों जलियांवाला बाग साका वापरिया उस वक्त पंजाब की जिहड़ी इकॉनमी सी वो पूरी लक तोड़िया होया सी उसने, ते जिहड़ा अमृतसर सी उत्थे वड्डा ट्रेड रूट सी सिल्क रेशम ते जिहड़ा कश्मीरी पशमीना कश्मीरी व्यापारियां दा कारोबार जापानियां दा कारोबार, मतलब ये उस वक्त एक उत्थों दा वड्डा ट्रेड सी जिहड़ा उस वक्त ये भी संकट च सी। हाँ जी ये सीगा बहुत वड्डा ट्रेडिंग सेंटर सीगा और पीस गुड्स जिवें जिवें थान कट के ना जिवें सूट लेंथ अजकल कह देंगे ना वो पीस गुड्स कहें सी कि जेड़े बाहर भी जाते सी और बाहरों भी इतने आते।